इश्क का पानी मुझे लेके डूबा, मुझे लेके डूबा ये बारिश का पानी। छम छम छमा छम। अस्सलाम वालेकुम सर जी। वालेकुम सलाम सर, क्या हाल है? अल्लाह पाक दी रहमत। शुक्र अल्लाह दी। कौन भाई? तेनू मैं कितने देखिया है? ले तुसी मैंने पूछो मैं तेनू कितने देखिया है? कितने? ओ बर्गर नहीं खा रहे सी जेरा तुसी मेरे को बर्गर खादा ही इने खादा ओ चाल ते। हां जी हां जी इने बर्गर खादा था। तुसी किन्नी ए फैसलाबाद दा रौला, मतलब 12 मैं ਤੁਹਾਨੂੰ ਪਹਿਲੇ ਕਹਿਆ ਸੀ ਨਾ ਰਾਤ ਨੂੰ 12 1 ਵਜੇ ਤੋਂ ਬਾਹਰ ਨਿਕਲੋ ਨਾ, ਤੇ ਉਹ ਮੁਖਤਸਰ ਜੇ ਲੋਕ ਜਿਹੜੇ ਜਾਗ ਰਹੇ ਹੁੰਦੇ ਕੀ ਹੋ ਰਿਹਾ ਇੱਥੇ? ਲੁੱਡੋ ਖੇਡਣ ਦੇ। ਹਾਂਜੀ ਇਹ ਦੇਖੋ 6 ਤੇ ਖੋਲੀ ਐ, ਇਹ 5 ਤੇ ਰੱਖੀ। ਜੇ ਤੂੰ ਹੁਣ 6 ਤੇ ਖੋਲੀ ਨਾ ਤੇ ਮੈਂ ਕੱਪ ਨਾਲ ਤੇਰਾ ਸਿਰ ਖੋਲ ਲੈਣਾ। ਅੱਗੇ ਤੇਰਾ ਉਹਨੇ ਵੀ ਸਿਰ ਖੋਲ। ਓਏ ਭਾਈ ਨੇ ਇੱਕ ਮਿੰਟ ਠਹਿਰ ਜੋ, ਇੱਕ ਮਿੰਟ ਠਹਿਰ ਜੋ ਯਾਰ। ਇੱਕ ਤੇ ਇਹ ਫੈਸਲਾਬਾਦ ਦੀ ਬੜੀ ਟੈਨਸ਼ਨ ਹੁੰਦੀ ਐ, ਤੂੰ ਇਹਨੂੰ ਆਪਣੀ ਕਿਸਮਤ ਸਮਝ। ਇਹਨੂੰ? ਹਾਂ ਸਮਝ ਲਿਆ। ਇਹ ਕਦੀ ਨਹੀਂ ਖੋਲਣੀ ਫੇਰ। फिलहाल इन क्लोज करो ना, बाद कर ले। मैं बारी चलदा इक मेरे वालों चलेगा भाई। तेरे वालों ही फिर। चल चला चलो तेरिया आ रही वा। हां जी छे चार ना मर गई ਤੇ ਇਹ ਇੱਕ ਨਾ ਮਰ ਗਈ। ਇਹ ਸਾਰੀਆਂ ਮਰ ਗਈਆਂ, ਤੂੰ ਸਾਡੇ ਲਈ ਮਰ ਗਿਆ, ਅਸੀਂ ਤੇਰੇ ਲਈ ਮਰ ਗਏ। ਜਿੱਤ ਗਏ ਆਪਾਂ। बोली कि तोड़ ना दे सानूं पैसे ना पवा दी। गुलामाबाद तो आया एडी दूर खेडन, 300 अगे हरिया बैठा। नहीं गुलामाबाद की बोली मैं सुनी है, पर तेरी कोई मजेदार बोली है यार। ਤੁਹਾਡਾ ਸਟਾਈਲ ਬਹੁਤ ਅੱਛਾ ਹੈ ਭਾਜੀ, ਮਿਹਰਬਾਨੀ। ਨਹੀਂ ਨਹੀਂ ਮੂੰਹ ਤਾਂ ਸਹੀ ਬਣਾਉਂਦਾ ਹੂੰ। ਇਹਦਾ ਮੂੰਹ ਵੀਰੇ ਸਹੀ ਹੋਣਾ ਹੀ ਨਹੀਂ। ਕਿਉਂ? ਆ ਵੇਖਾਂ ਮੂੰਹ ਆ, ਆ ਦੋਰ ਫਿਟੇ ਮੂੰਹ ਆ। ਇੱਕ ਮਹੀਨਾ ਮੈਂ ਨਾਰਾਂ ਦਾ ਜੂਸ ਪੀਤਾ। ਕਿਹਨੇ ਦਾ? ਅਨਾਰਾਂ ਦਾ। ਹਾਂਜੀ। ਤੇ ਉਸ ਤੋਂ ਪਹਿਲੇ ਕਿਦਾਂ ਦੇ ਸੀ ਤੁਸੀਂ ਫਿਰ? ਇਹ ਜਿਹੜਾ ਅਨਾਰਾਂ ਦਾ ਜੂਸ ਪੀਂਦਾ ਰਿਹਾ ਨਾ, ਉਹ ਅਨਾਰਾਂ ਦਾ ਨਹੀਂ ਸੀ ਵੀਰੇ, ਉਹ ਫਰਨੀਚਰ ਪਾ ਲਈ ਸੀ। ਤੇ ਮੈਂ ਵੀ ਕਹਾਂ ਜਿਹੜੀ ਲੱਕੜ ਦੀ ਕੁਰਸੀ ਤੇ ਬਹਿਣਾ ਚਮਕਣ ਲੱਗ ਜਾਂਦੀ। ਇਹ ਸੱਚੀ ਗੱਲ ਨਹੀਂ, ਅਨਾਰਾਂ ਦਾ ਜੂਸ ਪੀਂਦਾ ਰਿਹਾ ਇਹਨੂੰ ਲੜ ਗਿਆ। ਅੱਛਾ ਤੇ ਪੱਲਿਓ ਪੀ ਬੈਠਾ। ਮਲਕਾ ਲੈ ਖੁਦਾ ਦੀ ਕਸਮ ਸਹੀ ਦੱਸਣਾ। ਉਹ ਭਾਈ ਮਲਕ ਆਈ ਡੀ ਕਾਰਡ ਵੇਖ ਲੈ। ਆਈ ਡੀ ਕਾਰਡ ਤੇ ਜੋ ਮਰਜ਼ੀ ਲਿਖਵਾ ਲਓ। ਉਹ ਪਾਗਲ ਐ ਵੀ ਲਿਖ ਦੇ ਯਾਰ। ਦੇਖਣਾ ਹੁਣ ਮੇਰੀ ਉਮਰ 26 ਸਾਲ ਆ, ਮੈਂ ਆਈ ਡੀ ਕਾਰਡ ਤੇ 22 ਲਿਖਵਾਈ। ਕਿਦੀ? ਮੇਰੀ 26 ਸਾਲ। ਆਹੋ ਮਲਕ ਨੂੰ ਜੁਗਤ ਨਹੀਂ ਆ ਯਾਰ। ਕਿਹੜਾ ਮਲਕ? ਉਹ ਭਾਈ ਮਲਕ ਕਰ ਜਵਾਨ ਮਲਕ। ਉਹ ਯਾਰ ਤੇਰੀ ਕੋਈ ਸ਼ੈ ਨਹੀਂ ਮਲਕ ਵਾਲੀ, ਅੱਲਾ ਦੀ ਕਸਮੇ ਤੂੰ ਪਿਓਰ ਬਾਜੀ ਵਾਲੇ ਦਾ ਬੱਚਾ ਲੱਗਦਾ। ਆ ਜੈਕਟ? ਜੈਕਟ ਮਰੇ ਮਲਕ, ਜੈਕਟ ਦੇ ਕੀ ਤਲਵਾਰਾਂ ਵੱਜੀਆਂ ਵੀ ਮੈਂ ਤੈਨੂੰ ਮੰਨ ਲਵਾਂ ਤੂੰ ਮਲਕ। ਆ ਤੇਲ ਲੱਗਾ ਮਲਕ ਆ। ਉਹ ਯਾਰ ਤੇ ਮੇਰੇ ਵੀ ਲੱਗਾ ਤੇ ਮੈਂ ਵੀ ਮਲਕ ਆ। ਇਹਦੇ ਵੀ ਲੱਗਾ, ਇਹਦੇ ਵੀ ਲੱਗਾ। ਇਹਦੇ ਕਿੱਥੋਂ ਲੱਗਾ? ਇਹਦੇ ਤੇ ਕੱਟਾ। ਨਹੀਂ ਕੋਈ ਹੋਰ ਨਿਸ਼ਾਨੀ ਦੇ ਵੀ ਤੂੰ ਮਲਕ ਆ। ਸਬੂਤ ਗੁਲਾਮਾਬਾਦ ਜਾਏਗਾ ਨਾ, ਜਿਹਨੂੰ ਮਰਜ਼ੀ ਪੁੱਛ ਲੈ, ਰਜਵਾਨ ਮਲਕ ਸਾਰੇ ਦੱਸਣਗੇ। ਅੱਬਾ ਜੀ ਨੇ ਦੱਸਿਆ ਸੀ ਮਲਕ ਆ। ਯਾਨੀ ਉਹਨਾਂ ਨੇ ਤੈਨੂੰ ਅੱਬਾ ਜੀ ਨੇ ਦੱਸਿਆ ਵੀ ਤੂੰ ਮਲਕ ਕਹਿਣਾ ਵਾ ਸਾਰਿਆਂ ਨੂੰ? ਯਾਰ ਮੇਰੇ ਦਾਦੇ ਦੀ ਕਬਰ ਤੇ ਵੀ ਮਲਕ ਹੀ ਲਿਖਿਆ ਸੀ ਮਲਕ। ਉਹ ਯਾਰ ਉਹ ਤੇ ਜਿਹਨੂੰ ਮਰਜ਼ੀ ਲਿਖਵਾ ਲਓ, ਐਵੇਂ ਨਾ ਲਿਖਵਾ ਲਓ, ਐਵੇਂ ਪੱਲਿਓ ਲਿਖਵਾ ਲਓ। ਨਹੀਂ ਕੋਈ ਨਿਸ਼ਾਨੀ ਦੇ ਕਬਰਾਂ ਤੇ ਮਲਕ ਲਿਖਿਆ ਨਾ, ਇਸ ਗੱਲ ਦਾ ਹਿਸਾਬ ਉਹ ਕਬਰ 'ਚ ਵੀ ਆਉਂਦੇ ਆ। ਮਲਕ ਖਵਾਉਣ ਲਈ ਬੂਹੇ ਤੇ ਲਿਖਾਉਣਾ ਪਿਆ ਅਲ ਅੱਲਾ ਦੀ ਕਸਮੇ ਮਲਕ ਹਾਊਸ। ਝੂਠ ਬੋਲਣ ਦੇ ਭਾਜੀ, ਅੱਲਾ ਦੀ ਕਸਮੇ ਨੂੰ ਬਹਿਰੀਆ ਟਾਊਨ 'ਚ ਵੜਨ ਹੀ ਨੀ ਦੇਣਾ। ਸਾਡਾ ਘਰ ਆ ਉੱਥੇ। ਕਿੱਥੇ? ਬਹਿਰੀਆ ਟਾਊਨ, ਉਹ ਤੇ ਲਾਹੌਰ ਆ। ਉਹ ਭਾਈ
ਫੈਸਲਾਬਾਦ ਵੀ ਹੈ ਫੈਸਲਾਬਾਦ ਵਾਲੇ ਬੈਰੀਅਰ ਟਾਊਨ ਹਾਂਜੀ ਫੈਸਲਾਬਾਦ ਕਿਹੜਾ ਬੈਰੀਅਰ ਟਾਊਨ ਕਿਹੜਾ ਬੈਰੀਅਰ ਟਾਊਨ ਆ ਜਿੱਥੇ ਚਿੰਗਚੀ ਜਾਂਦਾ ਹੈ ਚਾਚਾ ਫੌਤ ਹੋ ਗਿਆ ਉਹਦੇ ਗੱਲ ਲਾ ਕੇ ਰੋਣ ਲੱਗ ਪਿਆ ਤੇ ਉੱਠ ਕੇ ਬਹਿ ਗਿਆ ਕਹਿੰਦਾ ਮੇਰੇ ਤੋਂ ਪਹਿਲੇ ਇਹਨੂੰ ਨਵਾ ਲਓ ਕਬਰਸਤਾਨ ਕਈ ਲੈ ਕੇ ਚਲੇ ਗਿਆ ਮੈਂ ਕੀ ਕਰਿਆ ਕਹਿੰਦਾ ਆਜ਼ਾਦੀ ਦਾ ਦਿਨ ਨੂੰ ਆਜ਼ਾਦ ਕਰ ਰਿਹਾ ਕਬਰਸਤਾਨ ਨੂੰ ਜੁੱਤੀਆਂ ਪਈਆਂ ਕਿਉਂ ਉਹਨਾਂ ਨੇ 4 ਘੰਟੇ ਲਾ ਕੇ ਕਬਰ ਕੱਢੀ ਮੁਰਦਾ ਦੱਬਣ ਲਈ ਪਾਣੀ ਪਾ ਕੇ ਮੱਛੀਆਂ ਛੱਡ ਕੇ ਵਿੱਚ ਬੈਠਾ ਇਹਨੂੰ ਇਹਨੂੰ ਵੀ ਕਬਰਸਤਾਨ ਨੂੰ ਜੁੱਤੀਆਂ ਪਈਆਂ ਉਹ ਕਿਉਂ ਉਹ ਮੁਸਲਮਾਨਾਂ ਦਾ ਸੀ ਮਲਕਾਂ ਦਾ ਨਹੀਂ ਸੀ ਤੁਹਾਡੇ ਕੋਲ ਘਰ ਚ ਲੱਗਾ ਸੀ ਤੇਲ ਕੱਢਣ ਵਾਲਾ ਹਾਂਜੀ ਤੇ ਘਰ ਚ ਕੋਈ ਬੰਦਾ ਨਹੀਂ ਸੀ ਤੈਨੂੰ ਕੱਢਣ ਵਾਲਾ ਕਰੋ ਇਹ ਭਲਾ ਕਿਹੜੇ ਮਲਕ ਨੇ ਕਿਹੜੇ ਫਕਰੇ ਪੰਜਾਬ ਵਾਲਿਆਂ ਦੇ ਮੈਂ ਤੇਰੇ ਚੰਡ ਮੈਂ ਲੱਕੀ ਸਟਾਰ ਸੀ ਲੱਕੀ ਸਟਾਰ ਇਹ ਬਹੁਤ ਗੱਲ ਸੁਣ ਲੈ ਤੁਹਾਨੂੰ ਮੈਂ ਜਾਣਦਾ ਚੰਗੇ ਤਰੀਕੇ ਨਾਲ ਨਿੱਕਾ ਜਿਹਾ ਘਰ ਹੈ ਤੁਹਾਡਾ ਤੇ ਤੂੰ ਮਲਕਾਂ ਨਾਲ ਪੰਗੇ ਲੈਣ ਦੀ ਅੱਛਾ ਤੁਹਾਡਾ ਕਿੱਡਾ ਕੁ ਵੱਡਾ ਘਰ ਹੈ ਮਾਸ਼ਾਅੱਲਾ ਸਾਡਾ ਵਾਸ਼ਰੂਮ ਹੀ ਐਡਾ ਵੱਡਾ ਨਹੀਂ ਤੁਹਾਡੇ ਮਤਲਬ ਬੈਠਕ ਜੋ ਕਮਰੇ 'ਚ ਵੈਗਣਾ ਚੱਲਦੀਆਂ ਨੇ ਪਿਛਲੇ ਕਮਰੇ ਚੋ ਗੱਲ ਸੁਣ ਉਹ ਕਲੀਨ ਸ਼ੇਵ ਜਦੋਂ ਅੱਬੇ ਕੋ ਆਇਆ ਏਡੀ ਦਾੜੀ ਚੋਦੀ ਐਡਾ ਵੱਡਾ ਘਰ ਹੈ ਕਿੱਡਾ ਵੱਡਾ ਘਰ ਉਹ ਥੋੜਾ ਛੋਟਾ ਕਰ ਲਾ ਏਡੀ ਦਾੜੀ ਬੰਦਾ ਇੰਨੀ ਕੁ ਕਹਿ ਲੈਂਦਾ ਆ ਜਿਹੜਾ ਸਮੁੰਦਰ ਨਹੀਂ ਹਾਂ ਉਹ ਇਹਨਾਂ ਦੇ ਬਰਾਂਡੇ ਚ ਆ ਲੋਕਾਂ ਦਾ ਘਰ ਵੀ ਜਿੱਡਾ ਵੱਡਾ ਨਾ ਇਹ ਸਲਿਪ ਵੀ ਹੋ ਜਾਂਦੇ ਖਲੋਤੇ ਛੋਟਾ ਹੁੰਦਾ ਵਾ ਤੇ ਛੋਟਾ ਹੀ ਹੈ ਇਹਨਾਂ ਦਾ ਤੂੰ ਸਾਡੇ ਆ ਸਾਡੇ ਹਲਵੇ ਤੁਹਾਡਾ ਛੋਟਾ ਘਰ ਆ ਸਾਡਾ ਬਹੁਤ ਛੋਟਾ ਜੀ ਢਾਈ ਮਰਲੇ ਦਾ ਬੱਸ ਵਰਗਾ ਮਕਾਨ ਆ ਵੀਰੇ ਤੁਹਾਡੇ ਨਹੀਂ ਤੁਹਾਡਾ ਛੋਟਾ ਜਿਹਾ ਘਰ ਆ ਛੋਟਾ ਜਿਹਾ ਕਿੰਨਾ ਕੁ ਛੋਟਾ ਮਤਲਬ ਇੰਨਾ ਕੁ ਸਮੋਸਾ ਲੈ ਕੇ ਉਹ ਤੋਂ ਟੇੜਾ ਕਰਕੇ ਲੈ ਕੇ ਜਾਂਦੇ ਅੰਦਰ ਕਿੰਨਾ ਕੁ ਛੋਟਾ ਵਾ ਇਹਨਾਂ ਦਾ ਇੰਨਾ ਛੋਟਾ ਘਰ ਆ ਇਹਨਾਂ ਦੇ ਨਾਲ ਦੀ ਬੁੱਢੀ ਆਈ ਨਾਲ ਦੇ ਕੁੜੀ ਆਈ ਕਹਿੰਦੀ ਮੇਰੀ ਅੰਮੀ ਤਾਂ ਨਹੀਂ ਇੱਧਰ ਕਹਿੰਦਾ ਇੱਧਰ ਤਾਂ ਮੇਰੀ ਨਹੀਂ ਪੂਰੀ ਆਉਂਦੀ ਇਹਨਾਂ ਛੋਟਾ ਘਰ ਆ ਯਕੀਨ ਕਰ ਹੁਣ ਤੇਰੇ ਰੰਗ ਤੋਂ ਪਤਾ ਲੱਗਿਆ ਤੂੰ ਸੱਚਾ ਬੰਦਾ ਹਾਂ ਮੈਂ ਹਿਸਾਬ ਲਾ ਲਿਆ ਤੂੰ ਵੀ ਮਲਕ ਹੀ ਆ ਨਹੀਂ ਨਹੀਂ ਮੈਂ ਤੈਨੂੰ ਦੱਸ ਰਿਹਾ ਤੇਰਾ ਕਿੱਡਾ ਕੁ ਵੱਡਾ ਘਰ ਆ ਮਾਸ਼ਾਅੱਲਾ ਬਹੁਤ ਵੱਡਾ ਘਰ ਫੇਰ ਵੀ ਸਵਾ ਕੁ ਮਰਲੇ 'ਚ ਹੈ ਆ ਡਬਲ ਵਿਕਟ ਮੈਚ ਨਹੀਂ ਸਵਾ ਕੁ ਮਰ ਲਾ ਕਿਤੇ ਮੈਂ ਕਿਹਾ ਜੀ ਇਹ ਡਬਲ ਵਿਕਟ ਮੈਚ ਨਹੀਂ ਹਾਂ ਉਹ ਇਹਨਾਂ ਦੀ ਬੈਠਕ 'ਚ ਹੁੰਦਾ ਉਹ ਜਿੱਥੇ 4-5 ਹਜ਼ਾਰ ਤਮਾਸ਼ਬੀਨ ਵੀ ਬੈਠਾ ਹੁੰਦਾ ਹਾਂਜੀ ਹਾਂਜੀ ਉਹ ਤਾਂ ਮੈਚ ਦੇਖਣ ਵਾਲਾ ਉਹ ਤੁਹਾਡੀ ਬੈਠਕ 'ਚ ਹੁੰਦਾ ਉਹ ਸਰ ਉਹ ਤੇ ਹਲੇ ਬਾਲਕੋਨੀ 'ਚ 4-5 ਹਜ਼ਾਰ ਬੰਦਾ ਬਹਿ ਜਾਂਦਾ ਵਾਹ ਵਾਹ ਮੇਰਾ ਬੈਡਰੂਮ ਆ ਜਿਹੜਾ 1.25 ਲੱਖ ਰੁਪਏ ਦਾ ਉਹਦੇ 'ਚ 1-1 ਬਲਬ ਆ ਬੈਡਰੂਮ 'ਚ ਹਾਂਜੀ ਮਤਲਬ ਤੁਸੀਂ ਇੰਨੇ ਅੰਨੇ ਆ ਤੁਹਾਨੂੰ ਵੀ ਏਡਾ ਵੱਡਾ ਬਲਬ ਲਵਾਇਆ ਤੁਸੀਂ ਇਹਨਾਂ ਤੁਹਾਨੂੰ ਨਜ਼ਰ ਨਹੀਂ ਆਉਂਦਾ ਉਹ ਭਾਈ ਉਹ ਮਹਿੰਗਾ ਸੋਨੇ ਦਾ ਬਲਬ ਆ ਅੱਛਾ ਮਲਕਾ ਕੋਈ ਛੋਟਾ ਮੋਟਾ ਬਲਬ ਤੇ ਨਹੀਂ ਲਵਾਉਣਾ ਇਹ ਮਲਕ ਦਾ ਨਾ ਮੁੰਡਾ ਗਵਾਹ ਹੋ ਗਿਆ ਅੱਛਾ 6 ਮਹੀਨੇ ਲੱਗ ਗਏ ਤੋਂ ਬਾਹਰਲੇ ਗੇਟ ਤੱਕ ਨਹੀਂ ਪਹੁੰਚੇ ਆ ਇਹਦਾ ਨਾਨਾ ਮਰ ਗਿਆ 16 ਟੀਨ ਘਿਓ ਦੇ ਇਹਨਾਂ ਨੇ ਪੱਲਿਓਂ ਲਾਏ ਤਲ ਕੇ ਦਫਨਾਇਆ ਸੀ ਅੱਛਾ ਇਹਦਾ ਹੋਰ ਦੱਸ ਕਿੱਡਾ ਵੱਡਾ ਘਰ ਆ ਤੇਰਾ ਏਡਾ ਵੱਡਾ ਘਰ ਇਹਦਾ ਆ ਮਾਊਂਟ ਐਵਰੈਸਟ ਪਹਾੜ ਨਹੀਂ ਹਾਂ ਇਹਨਾਂ ਦੇ ਖੁਰੇ 'ਚ ਲੱਗਾ ਉਹ ਯਾਰ ਤੁਹਾਡਾ ਏਡਾ ਵੱਡਾ ਘਰ ਸਾਡਾ ਏਡਾ ਵੱਡਾ ਘਰ ਆ ਆ ਜਿਹੜਾ ਟਾਈਟੈਨਿਕ ਵੱਜਿਆ ਸੀ ਆ ਬੈਠਕ 'ਚ ਵੱਜ ਕੇ ਤਬਾਹ ਹੋਇਆ ਸਾਡੀ ਯਾਰ ਇਹਦੀ ਟੈਂਪੋ ਬੜੀ ਮਜ਼ਦਾਰ ਆ ਬੈਠਕ 'ਚ ਵੱਜ ਕੇ ਤਬਾਹ ਹੋਇਆ ਸਾਡੀ ਇਹਦਾ ਵੱਡਾ ਘਰ ਆ ਜੀ ਇਹਦਾ ਮੈਂ ਦਰਾਜ ਸਿੰਘ ਦੇ ਛਾਲ ਮਾਰੀ ਜਦੋਂ ਮੈਂ ਸਿਰ ਚੁੱਕਿਆ ਤਾਂ ਇਹਨੇ ਵੇਸਣ 'ਚ ਲੱਗਾਈ ਉਹ ਕਿਚਨ ਦੇ ਬੇਸਣ 'ਚ ਹਾਂਜੀ ਹਾਂਜੀ ਓਏ ਉੱਥੋਂ ਨਿਕਲਿਆ ਦਰਾਜ ਸਿੰਘ ਉਹ ਨਾਲ ਹੀ ਤੇ ਆ ਦਰਾਜ ਸਿੰਘ ਬੇਸਣ ਦੇ ਹਾਂ ਬੇਸਣ ਦੇ ਕਿਚਨ ਦੇ ਨਾਲ ਉਹ ਨੰਗਾ ਤੇ ਆ ਉੱਥੋਂ ਭਾਂਡੇ ਧੋ ਰਹੇ ਤੁਸੀਂ ਉੱਥੋਂ
ਦਰਾਇ ਸਿੰਧ ਚ ਉੱਥੇ ਮੋਟਰ ਲਾਈ ਹੈ ਇਹਨਾਂ ਦਾ ਐਡਾ ਵੱਡਾ ਘਰ ਆ ਇਮਰਾਨ ਖਾਨ ਸਾਹਿਬ ਨੇ ਜਿਹੜਾ ਨਵਾਂ ਪਾਕਿਸਤਾਨ ਬਣਾਉਣਾ ਉਹ ਇਹਨਾਂ ਦੇ ਘਰ ਹੀ ਬਣਾਉਣਾ ਤੇ ਇਹਨਾਂ ਦਾ ਐਡਾ ਛੋਟਾ ਘਰ ਆ ਜਦੋਂ ਮਰਜ਼ੀ ਰਕਸ਼ੇ ਵਾਲੇ ਨੂੰ 30 ਦਿਨ ਦੇ ਵਿੱਚ ਰੱਖ ਕੇ ਹੋਰ ਕਿਤੇ ਲੈ ਜਾਂਦੇ ਓ ਮਰੇ ਇਹਨਾਂ ਦਾ ਐਡਾ ਵੱਡਾ ਘਰ ਆ ਇਹਨਾਂ ਦੇ ਗੇਟ ਅੱਗੇ ਵੈਗਨਾਂ ਲੱਗੀਆਂ ਕਿਉਂ ਕਿਚਨ ਵਾਲੇ ਵੱਡੇ ਕਮਰੇ ਵਾਲੇ ਖੁਰੇ ਵਾਲੇ ਵਾਸ਼ਰੂਮ ਵਾਲੇ ਰਾਜ ਤਿੰਨ ਵਾਰੀ ਤੇ ਉਹਦਾ ਤੇਲ ਮੁੱਕਦਾ ਪੈਟਰੋਲ ਪੰਪ ਰਾਜ ਹੀ ਬਣੇ ਉਹ ਕਿੱਡਾ ਕੁ ਵੱਡਾ ਘਰ ਆ ਤੁਹਾਡਾ ਸਾਡਾ ਤੇ ਵੱਡਾ ਇਹਦਾ ਐਡਾ ਛੋਟਾ ਘਰ ਆ ਪੁੱਲ ਦੇ ਥੱਲੇ ਆ ਕੱਲ ਹਲਵਾਈ ਦੀ ਬੁੱਢੀ ਨੇ ਦਿੱਤਾ ਰੱਖੀ ਵਾਲਾ ਬਾਂਧ ਹੋ ਗਿਆ ਉਹਨਾਂ ਲੜਨ ਲੱਗ ਗਿਆ ਆ ਤਰੀ ਵਾਲਾ ਹਲਵਾ ਕਿਹੜਾ ਹੁੰਦਾ ਓ ਯਾਰ ਤੁਹਾਡਾ ਇੰਨਾ ਛੋਟਾ ਘਰ ਆ ਇਹਨਾਂ ਦਾ ਐਡਾ ਵੱਡਾ ਘਰ ਆ ਆ ਸੂਰਜ ਤਰੂ ਹੋ ਕੇ ਗਰੂਪ ਹੋ ਕੇ ਜਦੋਂ ਡੁੱਬਦਾ ਨਾ ਡੁੱਬ ਕੇ ਫੌਤ ਹੋ ਜਾਂਦਾ ਇਹਨਾਂ ਦੀ ਸੂਰਜ ਤੁਹਾਡੇ ਘਰ ਵਿੱਚ ਡੁੱਬ ਹੁੰਦਾ ਜਿੱਡਾ ਵੱਡਾ ਘਰ ਆ ਸਹੀ ਗੱਲ ਆ ਤੇ ਇਹਨਾਂ ਦਾ ਐਡਾ ਛੋਟਾ ਘਰ ਆ ਬਾਰਿਸ਼ ਪਵੇ ਤੇ ਤੀਲਾਂ ਵਾਲੀ ਡੱਬੀ ਮੂਦੀ ਮਾਰ ਕੇ ਬਚਾ ਲੈਂਦੇ ਯਾਰ ਅੱਛਾ ਇਸ ਟਾਈਮ ਤੱਕ ਵੈਸੇ ਤੇਰਾ ਘਰ ਬਹੁਤਾ ਛੋਟਾ ਜਾ ਰਿਹਾ ਇਹਦਾ ਘਰ ਐਡਾ ਵੱਡਾ ਹਾਂ ਹਵਾਈ ਸ਼ਾਵਾਂ ਨੂੰ 4 ਸਾਲ ਲੱਗ ਜਾਂਦੇ ਗੇਟ ਤੱਕ ਜਾਣ ਲੱਗੇ ਉਹ ਹਾਲਾਂਕਿ ਅਮਰੀਕਾ 1 ਮਿੰਟ 'ਚ ਚੱਲ ਜਾਂਦੀ ਹੈ ਤੇ ਇਹਦਾ ਐਡਾ ਛੋਟਾ ਘਰ ਆ ਆ ਗੁਆਂਢੀਆਂ ਨੇ ਮੋਚੀ ਕੇ ਲਠੋਕਿਆ ਤੇ ਅੱਬੇ ਦੀ ਵੱਖੀ 'ਚ ਵੱਜਿਆ ਉਹ ਓਏ ਲੱਖ ਲਾਣਤ ਯਾਰ ਐਡਾ ਛੋਟਾ ਵੱਡਾ ਘਰ ਇਹਨਾਂ ਦਾ ਐਡਾ ਛੋਟਾ ਘਰ ਆ ਟੀਲੇ ਤੇ ਐਂਟੀਨਾ ਲਾਇਆ ਓ ਮਰੇ ਇਹਨਾਂ ਦਾ ਇੰਨਾ ਵੱਡਾ ਘਰ ਆ ਇਹਨਾਂ ਨੇ ਡਿਸ਼ ਲਵਾਈ ਆ ਤੇ ਫਿਰ ਵੀ ਕੋਈ ਚੈਨਲ ਨਹੀਂ ਆਉਂਦਾ ਖਿੱਚਣੇ ਇਹਨਾਂ ਦਾ ਐਡਾ ਛੋਟਾ ਘਰ ਆ ਫੂਕ ਨਾਲ ਸਫਾਈ ਕਰਦੇ ਤੂੰ ਮਲਕ ਨਹੀਂ ਹੈਗਾ ਨਹੀਂ ਤੂੰ ਮਲਕ ਉਹੀ ਗੱਲ ਕਰੀ ਜਾ ਨਹੀਂ ਮਲਕ ਹੈ ਨਹੀਂ ਤੂੰ ਘੰਟਾ ਮੇਰੇ ਕੋਲ ਜੁਗਤਾਂ ਸੁਣ ਲਈਆਂ ਹਲੇ ਮਲਕ ਨਹੀਂ ਮੈਂ ਹਾਂ ਇਹੀ ਤਾਂ ਗੱਲ ਕਰ ਰਿਹਾ ਤੂੰ ਆਪੇ ਜਵਾਬ ਦੇਤਾ ਵੀ ਘੰਟਾ ਮੇਰੇ ਕੋਲ ਜੁਗਤਾਂ ਸੁਣ ਲਈਆਂ ਹਲੇ ਤੱਕ ਮੈਂ ਮਲਕ ਨਹੀਂ ਭਾਈ ਘੰਟਾ ਜੁਗਤਾਂ ਮਾਰਨ ਵਾਲਾ ਬੰਦਾ ਮਲਕ ਹੁੰਦਾ ਇਹਨਾਂ ਦੀ ਕਸਮ ਹੈ ਮਲਕ ਆ ਇਹ ਭਲਾ ਕਿਹੜਾ ਮਲਕ ਆ ਏਡਾ ਵੱਡਾ ਘਰ ਆ ਇਹਨਾਂ ਦਾ F16 ਨਾਲ ਝਾੜੂ ਬਣ ਕੇ ਸਾਫ਼ ਕਰਦੇ ਪੱਲੇ ਹੋਏ ਦੀ ਗੱਲ ਆ ਪੁੱਤ ਤੇਰੇ ਪੱਲੇ ਕਾਫੀ ਵੱਧ ਗਏ ਤੇਰੇ ਪੱਲੇ ਪੱਲਿਓਂ ਪੱਲੇ ਪੱਲੇ ਹੋਏ ਅੱਛਾ ਯਾਰ ਓਏ ਪੱਲੇ ਇਨਸਾਨ ਬਸ ਕਰੋ ਹਾਂਜੀ ਇਹ ਸਾਨੂੰ ਲੜਾਈ ਜਾਂਦਾ ਤੇਰਾ ਕਿੱਡਾ ਘਰ ਆ ਮੇਰਾ ਤੁਹਾਡੇ ਦੋਵਾਂ ਦਾ ਦਰਮਿਆਨਾ ਘਰ ਆ ਇਹ ਭਾਜੀ ਜਿਹੜੀ ਲੱਖ ਦੀ ਲਾਣਤ ਇਹਦਾ ਐਡਾ ਛੋਟਾ ਘਰ ਆ ਇੱਕ ਦਿਨ ਮੈਂ ਤੇ ਘਰ ਦੇ ਬਾਹਰ ਦੇ ਬੂਹੇ 'ਚ ਉਂਗਲ ਮਾਰੀ ਤੇ ਆਹ ਸ਼ਾਇ ਪਿਛਲੇ ਕਮਰੇ ਨਾਲ ਵੱਜੀ ਮੇਰੀ ਇਹਦਾ ਐਡਾ ਛੋਟਾ ਘਰ ਆ ਇੱਕ ਦਿਨ ਇਹਨੇ 9 ਕੱਟੇ ਤੇ ਪੈਰ ਤੇ ਮਰਵਾ ਕੇ ਪੈਰ ਨੂੰ ਸੱਟ ਲਵਾ ਲਈ ਮੈਂ ਕਹਿ ਰਿਹਾ ਉਹਨਾਂ ਦਾ ਅਸੀਂ ਲੈਂਟਰ ਪਾ ਲਿਆ ਝੂਠ ਬੋਲਿਆ ਜਿੱਡਾ ਇਹਦਾ ਘਰ ਆ ਨੇਲ ਕਟਰ ਤੇ ਵੜਦਾ ਹੀ ਨਹੀਂ ਨਾਲ ਨਾਈ ਦੇ ਘਟਦਾ ਯਾਰ ਆਹੋ ਸਹੀ ਗੱਲ ਆ ਆਹੋ ਜਿਹੜਾ ਤੇ ਘਰ ਵਾਕੇ ਬੜਾ ਛੋਟਾ ਸਿਰਫ ਤੂੰ ਦਰਵਾਜ਼ਾ ਹੀ ਲਾਇਆ ਅੱਛਾ ਆਮ ਬੰਦੇ ਤੇ ਸਿਰਫ ਲਾਂਤ ਪੈਂਦੀ ਆ ਇਹਨਾਂ ਦਾ ਐਡਾ ਵੱਡਾ ਘਰ ਆ ਇਹਨਾਂ ਤੇ ਲਾਂਤ ਵੀ ਲੱਖ ਦੀ ਪਾਉਣੀ ਪੈਂਦੀ ਝੂਠ ਬੋਲਣ ਦਿਆ 1.5 ਲੱਖ ਤੋਂ ਘੱਟ ਤੇ ਲਾਣਤ ਪੈਂਦੀ ਨਹੀਂ ਸਾਡੇ 1.5 ਲੱਖ ਤੋਂ ਘੱਟ ਤੇ ਮਾਰੇ ਹੀ ਨਹੀਂ ਉਹਨਾਂ ਨੂੰ ਨਾਲੇ ਇੱਥੇ ਹੁਣ ਲਾਂਤ ਪੈਂਦੀ ਹੀ ਨਹੀਂ ਸਹੀ ਗੱਲ ਆ ਇਹਦੀ ਮੈਮਰੀ ਫੁੱਲ ਹੋ ਗਈ ਆ ਝੂਠ ਬੋਲਣ ਦਿਆ ਰਾਤੀ ਇੱਕ ਫੋਲਡਰ ਡਿਲੀਟ ਕੀਤਾ ਤੂੰ ਦੁਬਾਰਾ ਪਾ ਕੇ ਵੇਖ ਲਾ ਕਿਹੜਾ ਫੋਨ ਬੰਦਾ ਭਾਈ ਕਹਿੰਦਾ ਲਾਣਤ ਪਾ ਕੇ ਦੇ ਲਾ ਉਹ ਲਾਣਤ ਦਾ ਦਰਦ ਨਹੀਂ ਭਾਈ ਘਰ ਜਾਊਂਗਾ ਤੇ ਪਊਗੀ ਇਹਦਾ ਕਿੱਡਾ ਛੋਟਾ ਘਰ ਆ ਇਹਦਾ ਐਡਾ ਛੋਟਾ ਘਰ ਆ ਇਹਨਾਂ ਨੇ ਮਾਲ ਮੰਗਵਾਇਆ ਟਰੱਕ ਤੇ ਇੱਕ ਕੰਨ 'ਚ ਫੇਰਨ ਵਾਲੀ ਤੀਲੀ ਰੱਖੋ ਸਾਰੇ ਜੀ ਬਾਹਰ ਆ ਜਾਂਦੇ ਯਾਰ ਐਡਾ ਛੋਟਾ ਘਰ ਤੇਰਾ ਇਹਨਾਂ ਦਾ ਐਡਾ ਵੱਡਾ ਘਰ ਆ ਆ ਛਾਂਗਾ ਮਾਂਗਾ ਨਹੀਂ ਇਹਨਾਂ ਦੇ ਵਾਸ਼ਰੂਮ 'ਚ ਝੂਠ ਬੋਲਣ ਦੇ ਆ ਭਾਜੀ ਉਹ ਤੇ ਬੱਚਿਆਂ ਨੇ ਵੈਸੇ ਗਰੀਨਰੀ ਲਾਈ ਆ ਮਾੜੀ ਜੀ ਐਵੇਂ ਝੂਠ ਬੋਲੀ ਜਾਂਦਾ ਐਵੇਂ ਗੁੰਮਰਾਹ ਕਰਨ ਦੇ ਆ ਜਿਹੜਾ ਦਰਖਤ ਆ ਜੀ ਆ ਲੰਬੇ ਲੰਬੇ ਮਰੀ ਵੱਲ ਜਾਓ ਨਾ ਖਜੂਰ ਦੇ ਖਜੂਰ ਦੇ ਬੜੇ ਲੰਬੇ ਦਰਖਤ ਹੁੰਦੇ ਆ ਭਰਾਵਾ ਆ ਜਿਹੜੇ ਵੱਡੇ ਚੀਲ ਵਾਲੇ ਦਰਖਤ ਜਿਹਦੀ ਲੱਕੜ ਮਹਿੰਗੀ ਹਾਂਜੀ ਹਾਂਜੀ ਇਹਦੀ ਅਸੀਂ ਦੰਦਾਂ 'ਚ ਫੇਰੀ ਦੀ ਆ ਪੂਰਾ ਦਰਖਤ ਇਹਨਾਂ ਦਾ ਇੰਨਾ ਵੱਡਾ ਘਰ ਆ ਵੀ ਹਰ ਬੰਦੇ ਦੀ ਉਮਰ 5-5 ਸਾਲ ਬਹੁਤੀ ਆ ਫਰਿਸ਼ਤੇ ਨੂੰ 5 ਸਾਲ ਲੱਗਦੇ ਆ ਜਾਨ ਕੱਢਣ ਆਉਣ ਲੱਗੇ ਗੁੰਮਰਾਹ ਕਰ ਰਿਹਾ ਝੂਠ ਬੋਲ ਰਿਹਾ ਸਾਡੇ ਹਾਲ ਤੇ ਫੋਤ ਕੀ ਸਿਰਫ ਦਾਦਾ ਜੀ ਮਰੇ ਆ
ਉਹ ਸਨ 1400 ਅੱਜ ਜਦੋਂ ਪਾਕਿਸਤਾਨ ਲੱਕੜ ਦਾ ਸੀ ਉਦੋਂ ਬਹੁਤ ਹੋਏ ਅਸੀਂ ਪਰਸੋਂ ਨਾ ਮੁੰਡੇ ਨੂੰ ਕੁੱਟਿਆ ਨਿੱਕੇ ਕਿਉਂ ਉਹਨੇ ਵੱਟਾ ਮਾਰਿਆ ਚੰਨ ਨੂੰ ਵੱਜਿਆ